ਸਤਿ ਸ਼੍ਰੀ ਅਕਾਲ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਜੀ। ਸਤਿ ਸ਼੍ਰੀ ਅਕਾਲ ਪੰਗੂ ਸਾਹਿਬ, ਸੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਡਿਬੇਟ ਹੋਈ ਪਈ ਸੀ, ਆਖਰ ਡਿਬੇਟ ਹੋ ਲਈ। ਡਿਬੇਟ ਪੰਜਾਬੀਆਂ ਨੇ ਦੇਖ ਲਈ ਕਿ ਕੀ ਉਹਦੇ 'ਚੋਂ ਨਿਕਲਿਆ, ਕੀ ਉਹਦੇ 'ਚ ਪਾਇਆ। ਡਿਬੇਟ 'ਤੇ ਵੀ ਗੱਲ ਕਰਾਂਗੇ। ਇਹਦੇ ਨਾਲੋ ਨਾਲ ਜਿਵੇਂ ਕਾਂਗਰਸੀਆਂ ਦੇ ਉੱਪਰ ਨਿਸ਼ਾਨੇ ਅੱਜ ਵਿੰਨੇ ਗਏ, ਉਹਨੂੰ ਲੈ ਕੇ ਇਹ ਵੀ ਦੱਸਿਓ ਕਿ ਜਿਹੜਾ ਅਲਾਇੰਸ ਹੈ ਇੰਡੀਆ ਨਾਮ ਦਾ, ਉਹਦੇ 'ਚ ਹੁਣ ਕੀ ਸਪੇਸ ਬਚੂਗੀ? ਕਿਤੇ ਖਾਤਮਾ ਤਾਂ ਨਹੀਂ ਹੋ ਜੂਗਾ ਉਸ ਅਲਾਇੰਸ ਦੇ, ਉਸ ਅਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਤੇ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਨੋਟਿਸ ਹੈ। ਤਿੰਨ ਬੜੀਆਂ ਅਹਿਮ ਘਟਨਾਵਾਂ ਨੇ ਡਾਕਟਰ ਸਾਹਿਬ। ਵੈਸੇ ਘਟਨਾਵਾਂ ਤਾਂ ਦੋ ਨੇ, ਇੱਕ ਦਾ ਇੰਪੈਕਟ ਤੀਜੀ 'ਤੇ ਪਊਗਾ। ਇੱਕ ਦਾ ਡਿਬੇਟ ਬਾਰੇ ਦੱਸਿਓ ਕਿ ਕਿਹਨਾਂ ਅਰਥਾਂ ਦੇ ਵਿੱਚ ਪੰਜਾਬੀ ਇਸ ਡਿਬੇਟ ਨੂੰ ਸਮਝਣ। ਦੂਜਾ ਹੋਊਗਾ ਕਿ ਅਲਾਇੰਸ ਦੇ ਵਿੱਚ ਕਿੰਨੀ ਕੁ ਪੰਜਾਬ ਦੇ ਵਿੱਚ ਸਪੇਸ ਹੈ ਇਸ ਅਲਾਇੰਸ ਦੀ, ਜਿਸ ਤਰੀਕੇ ਨਾਲ ਕਾਂਗਰਸੀ ਅੱਜ ਨੰਗੇ ਕੀਤੇ ਗਏ ਨੇ। ਤੀਜਾ, ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਨੋਟਿਸ ਹੈ। ਲਿਕਰ ਪੋਲਿਸੀ ਹੈ, ਕਈ ਵਾਰ ਆਪਾਂ ਨੇ ਜਿਹਦੇ ਗੱਲ ਕੀਤੀ ਹੈ, ਮਨੀਸ਼ ਸਿਸੋਦੀਆ ਹੋਰੀ ਉਹਦੇ 'ਚ ਅੰਦਰ ਬੈਠੇ ਨੇ। ਯਾਨੀ ਕਿ ਇੱਕ ਵੱਡੇ ਫਰੇਮ ਦੇ ਵਿੱਚ ਆਮ ਆਦਮੀ ਪਾਰਟੀ ਘਿਰਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ 92 MLA ਨੇ, ਇੱਕ ਵੱਡੀ ਮੈਜੋਰਿਟੀ ਹੈ, ਅਤੇ ਰਾਜ ਭਾਗ ਇੱਥੇ ਤਕੜਾ। ਦਿੱਲੀ ਦੇ ਵਿੱਚ ਵੀ ਰਾਜ ਭਾਗ ਤਕੜਾ, ਪਰ ਉੱਥੇ ਲਿਕਰ ਪੋਲਿਸੀ ਦੇ ਮਾਮਲੇ ਦੇ ਵਿੱਚ ਘਿਰ ਗਏ ਕੇਜਰੀਵਾਲ ਸਾਹਿਬ। ਈਡੀ ਵੱਲੋਂ ਬੁਲਾਇਆ ਗਿਆ, ਤੇ ਮੈਂ ਪਾਰਟੀ ਵੱਲੋਂ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਹੀ ਕਰ ਲਿਆ ਜਾਵੇ। ਜਦੋਂ ਤਰੀਕ ਤੇ ਜਾਣਗੇ ਉਹ ਪੇਸ਼ੀ 'ਤੇ, ਉਦੋਂ ਹੀ ਗ੍ਰਿਫਤਾਰ ਕਰ ਲਿਆ ਜਾਵੇ। ਸੋ ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਇਸ ਸਮੇਂ ਐਨ ਵਿਚਕਾਰ ਤੁਰ ਰਹੀ ਹੈ, ਸੋ ਕਿਵੇਂ ਦੇਖੀਏ ਸਾਰੀ ਗੱਲਬਾਤ ਨੂੰ? ਕੰਪਲੈਕਸ ਸਿਚੁਏਸ਼ਨ ਹੈ ਬੜੀ, ਇਹਦੇ ਬਾਰੇ ਕੋਈ ਪੱਕ ਨਾਲ ਇਹ ਗੱਲ ਕਹਿਣੀ ਕਿ ਰਾਈਟ ਦਿਸ ਵੇ ਔਰ ਦੈਟ ਵੇ ਮੁਸ਼ਕਿਲ ਹੈ। ਪਰ ਜਿਹੜੀ ਡਿਬੇਟ ਦਾ ਮਸਲਾ ਸੀ, ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਇਹਦੇ ਉੱਪਰ ਕਿ ਡਿਬੇਟ ਦਾ ਅਸਲ ਦੇ ਵਿੱਚ ਇਸ਼ੂ ਨਿਕਲਿਆ ਤਾਂ ਆਪਣੇ ਮਾਨ ਸਾਹਿਬ ਦੇ ਟੈਂਪਰਾਮੈਂਟ 'ਚੋਂ ਸੀ ਕਿ ਉਹ ਖਿੱਚ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਸਵਾਲ ਕਰੇ। ਫਿਰ ਉਹਨਾਂ ਨੇ ਕਿਹਾ ਵੀ ਸਾਰੇ ਚਾਚੇ ਭਤੀਜੇ ਸਾਲੇ ਚੀਜੇ ਆ ਜਾਓ ਇੱਕ ਵਾਰੀ ਹੋਈ। ਪਰ ਉਹ ਮੀਡੀਆ ਵਾਲਿਆਂ ਨੇ ਸਲਾਹ ਦਿੱਤੀ ਕਿ ਤੁਸੀਂ ਇਹਨੂੰ ਚਲਾਓ ਕਈ ਦਿਨ, ਦੂਜੇ ਡਿਫੈਂਸਿਵ ਰਹਿਣਗੇ ਅਤੇ ਪੰਜਾਬ ਦੇ ਜਿਹੜੇ ਬਾਕੀ ਮਸਲੇ ਨੇ, ਜਿਹੜੀ ਨੋਨ ਪਰਫੋਰਮੈਂਸ ਹੈ ਗੌਰਮੈਂਟ ਦੀ, ਲਾਅ ਐਂਡ ਆਰਡਰ ਹੈ, ਮੁਲਾਜ਼ਮਾਂ ਦਾ, ਕਿਸਾਨਾਂ ਦਾ, ਹੜ੍ਹ ਦਾ, ਉਹ ਸਾਰੀਆਂ ਪਾਸੇ ਰਹਿਣਗੇ। ਸੋ ਵੱਡਾ ਵਾਜਾ ਵੱਜਦਾ ਰਿਹਾ। ਪਰ ਉਹਦੇ 'ਚ ਟ੍ਰੈਜਡੀ ਇਹ ਵਾਪਰੀ ਕਿ ਅਪੋਜੀਸ਼ਨ ਇਹਨਾਂ ਨਾਲੋਂ ਸਿਆਣੀ ਨਿਕਲੀ। ਜਿਸ ਤਰੀਕੇ ਨਾਲ ਤਿਆਰੀ ਕੀਤੀ ਗਈ, ਜਿਸ ਤਰੀਕੇ ਨਾਲ ਕਰੋੜਾਂ ਰੁਪਈਆ ਖਰਚਿਆ ਗਿਆ, ਮਤਲਬ 30 ਕਰੋੜ ਤੱਕ ਦਾ ਜ਼ਿਕਰ ਕਰ ਰਹੀ ਹੈ ਅਪੋਜੀਸ਼ਨ ਵੀ, ਇਸ ਈਵੈਂਟ ਮੈਨੇਜਮੈਂਟ ਦੇ ਉੱਪਰ ਖਰਚ ਹੋਇਆ, ਪੁਲਿਸ ਲਾਈ ਗਈ, ਅਤੇ ਨਾ ਸਿਰਫ ਅਪੋਜੀਸ਼ਨ ਨੂੰ, ਜਿਹੜੀ ਸਿਵਲ ਸੁਸਾਇਟੀ ਹੈ, ਜਿੰਨੇ ਇੰਟਲੈਕਚੁਅਲਸ ਨੇ, ਕਿਸਾਨ ਲੀਡਰ ਸੀ, ਮੁਲਾਜ਼ਮ ਲੀਡਰ ਸੀ, ਸਿੱਪੀ ਸ਼ਰਮਾ ਤੋਂ ਲੈ ਕੇ ਲੱਖੇ ਸਿਧਾਣੇ ਤੱਕ ਜਿਹੜੇ ਐਕਟੀਵਿਸਟ ਨੇ, ਦੂਜੇ ਪਾਸੇ ਆਪਣੇ ਸੇਖੋਂ DSP ਤੋਂ ਲੈ ਕੇ ਪੱਤਰਕਾਰਾਂ ਤੱਕ, ਦੀਪ ਸ਼ਰਮਾ ਚਨਾਰ ਥਲੋਣਾ ਤੱਕ, ਕਿਸੇ ਨੂੰ ਵੜਨ ਨਹੀਂ ਦਿੱਤਾ ਗਿਆ। ਜਿਹੜੇ ਥੋੜ੍ਹੇ ਬਹੁਤ ਜ਼ਿਆਦਾ ਸਰਗਰਮ ਲੱਗਦੇ ਸੀ ਉਹਨਾਂ ਦੇ ਘਰੀਂ ਵੀ ਪੁਲਿਸ ਭੇਜੀ ਗਈ। ਪਰ ਹੋਇਆ ਕਲਾਈਮੈਕਸ ਉਲਟ ਹੋ ਗਿਆ ਜਮਾਂ। ਲੱਗਦਾ ਇਹ ਸੀ ਵੀ ਉੱਥੇ ਇਹ ਉਹਨਾਂ ਨੂੰ ਸੱਦ ਕੇ, ਜਿੰਨੇ ਇਹਨਾਂ ਦੇ ਬੰਦੇ ਹੋਣਗੇ ਉਹਨਾਂ ਦਾ ਇਹ ਜਲੂਸ ਸਾਹਮਣੇ ਬਿਠਾ ਕੇ ਕੱਢਣਗੇ। ਪਰ ਹੋਇਆ ਇਹ ਕਿ ਉਹ ਨਹੀਂ ਗਏ, ਉਹਨਾਂ ਨੇ ਮਤਲਬ ਇਹਨਾਂ ਦਾ ਜਿਹੜਾ ਵੇਟ ਜਿਹੜਾ ਨਹੀਂ ਉਹ ਲਿਆ, ਇਸ ਕਰਕੇ ਉਹ ਇਹਨਾਂ ਦੇ ਚੁੰਗਲ 'ਚ, ਫੰਦੇ 'ਚ ਨਹੀਂ ਫਸੇ। ਮਾਨ ਸਾਹਿਬ ਫਸ ਗਏ। ਹੁੰਦਾ ਇਹ ਹੁੰਦਾ ਜਦੋਂ ਤੁਸੀਂ ਦਾਅ ਮਾਰਦੇ ਹੋ, ਜੇ ਦੂਜਾ ਦਾਅ ਤੋਂ ਬਚਾਅ ਕਰ ਜਾਵੇ ਤਾਂ ਫਿਰ ਤੁਸੀਂ ਗਿਰਦੇ ਹੋ। ਉਹੀ ਗੱਲ ਹੋਈ ਕਿ ਖਾਲੀ ਕੁਰਸੀਆਂ ਦੇ ਨਾਲ ਮਾਨ ਸਾਹਿਬ ਨੇ ਫਿਰ ਡਿਬੇਟ ਕਰੀ ਕਿ ਹਮੀ ਹਮ ਹੈ, ਬਸ ਫਿਰ ਇਹੀ ਰਹਿ ਗਿਆ ਕੰਮ। ਉਹਦੇ 'ਚ ਇਸ ਜਿੰਨੀਆਂ ਮਰਜ਼ੀ ਗਾਲਾਂ ਕੱਢ ਲੈਂਦੇ, ਉਹ ਤਾਂ ਲੋਕ 40 ਸਾਲ ਤੋਂ ਸੁਣਦੇ ਹੀ ਆ ਰਹੇ ਨੇ। ਉਹ ਗਾਲਾਂ ਦੀ ਵਜ੍ਹਾ ਨਾਲ ਤਾਂ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ। ਉਹ ਕਿੰਨੀ ਕੁ ਵਾਰ ਰਿਪੀਟ ਕਰੇ ਜਾ ਸਕਦੇ ਨੇ ਉਹ ਸਸਤੇ ਲਤੀਫੇ ਕਿ ਜੀ ਇਹਦਾ ਬਾਪੂ, ਇਹਦਾ ਚਾਚਾ, ਇਹਦਾ ਇਹ, ਇਹਦਾ ਇਹ ਐਫੀਡੈਵਿਟ, ਸਾਰੇ ਕਾਗਜ਼ ਕੂਗਜ਼ ਇਕੱਠੇ ਕਰਕੇ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕਰੀ ਵੀ ਮੈਂ ਪੜ੍ਹ ਵੀ ਲੈਂਦਾ, ਕਾਗਜ਼ ਪੜ੍ਹਨੇ ਆਉਂਦੇ ਨੇ। ਇਹਦਾ ਕੋਈ ਖਾਸ ਮਤਲਬ ਨਹੀਂ ਸੀ। ਇਸ਼ੂ ਸਿੰਪਲ ਇੱਕ ਬਣਦਾ ਸੀ, ਖਾਸ ਕਰਕੇ SYL ਦੇ ਮਾਮਲੇ 'ਚ, ਕਿ ਤੁਸੀਂ ਜਿਹੜਾ ਉੱਥੇ ਐਫੀਡੈਵਿਟ ਦਿੱਤਾ ਸੁਪਰੀਮ ਕੋਰਟ 'ਚ, ਉਹ ਕੀ ਹੈ ਉਹ ਦਿਖਾ ਦਿਓ ਲੋਕਾਂ ਨੂੰ। ਅਪੋਜੀਸ਼ਨ ਇਹ ਕਹਿ ਰਹੀ ਹੈ ਕਿ ਉੱਥੇ ਇਹਨਾਂ ਨੇ ਡਿਫੈਂਡ ਨਹੀਂ ਕੀਤਾ। ਉਹ ਹੀ ਕਹਿ ਰਹੇ ਨੇ ਕਿ ਇਹਨਾਂ ਨੇ ਉੱਥੇ ਕਿਹਾ ਕਿ ਜੀ ਅਸੀਂ ਤਾਂ ਤਿਆਰ ਹੀ ਹਾਂ, ਅਤੇ ਅਪੋਜੀਸ਼ਨ ਜਾਂ ਲੋਕਾਂ ਦੀ ਕਹਿ ਲਓ ਜਾਂ ਸਿਆਸੀ ਅਪੋਜੀਸ਼ਨ ਨਹੀਂ ਬਣਦੇ ਰਹੀ SYL। ਜੇ ਇਹ ਸੱਚ ਹੈ ਤਾਂ ਫਿਰ ਤਾਂ ਮਤਲਬ ਕੋਈ ਗੱਲ ਕਰਨ ਵਾਲੀ ਰਹਿ ਨਹੀਂ ਨਾ ਜਾਂਦੀ। ਫਿਰ ਤਾਂ ਤੁਸੀਂ ਉਹਨਾਂ 40 ਸਾਲਾਂ ਵਾਲਿਆਂ ਦੇ, 70 ਸਾਲਾਂ ਵਾਲਿਆਂ ਦੇ ਅੱਗੇ ਉਹਨਾਂ ਦੀ ਪਦਚਿੰਨ੍ਹਾਂ 'ਤੇ ਚੱਲ ਰਹੇ ਹੋਣਾ। ਸੋ ਇਹ ਕਲਾਈਮੈਕਸ ਮੇਰਾ ਖਿਆਲ ਹੈ ਸਿਆਸੀ ਤੌਰ 'ਤੇ ਆਮ ਆਦਮੀ ਪਾਰਟੀ ਲਈ ਮਹਿੰਗਾ ਪਊਗਾ। ਮਤਲਬ ਟੈਕਨੀਕਲੀ ਜੇ ਤੁਸੀਂ ਅੱਜ ਦੀ ਡੇਟ 'ਚ ਦੇਖੋ, ਪੰਜਾਬ ਬੋਲਦਾ ਸੀ ਉੱਥੇ,
चार कुर्सियां खाली भी पंजाब दियां पईआं सी, 1100 बंदा थले भी पंजाब का बैठा सी जिहड़ा पास दे के दित्ता गया सी कि इह पंजाब है। इस तरह घिरिया होया पंजाब है हजारां पुलिस मुलाजमां दे विच, फिर इह पंजाब नहीं है। पंजाब तां उह जिहड़ा बाहर रह गया, उह बोलूगा, उह सवाल पुछूगा, उहदे जवाब देने पैणे। सो मैं समझदा वी इन्नी आइसोलेशन किसी सरकार की इन्ने थोड़े समय के कदे नहीं हुई। जो तुम अपोजिशन च होंगे हो ना, बीजेपी यह काम करती रही है कि विक्टम बन के कि जी अ सारे तो अं वक्रे हाँ तो उल्टा, उदों ही चल जाता। जदों तुम सरकार च बैठे हो तो डेढ़ पौने दो साल हो गए ने और तुसी थोड़ी जीरो परफॉर्मेंस है, तुसी सिर्फ एडवरटाइजमेंट। उतम सिद्धू साहब कल जो सिद्धू कह रहे थे तो इश्तहारी तो अखबारी सी एम है, मतलब जो मजाक इन्होंने इन्ना देर उड़ाया लोगों का, वह मजाक उड़ना शुरू हो जाना है और हो गया। मजाक ही सीगा एक किस्म का कि तुम कल ही बैठे हो, पर की बहस करने की लोड़ सी फिर हूँ पोस्टपोन कर देंगे। उन्होंने कह देंगे कि भाई अपोजिशन नहीं आई तो असं उन्होंने अपील करते हैं कि दोबारा आन, पर कंसेंसस बिल्ड करना हमेशा ही उस धिर का ड्यूटी होंगी है जी रूल कर रही होंगी। तुम दो रोल नहीं प्ले कर सकते भी तुम ही सरकार हो तो तुम ही अपोजिशन हो, ये उस पैराडॉक्स के फसे हुए हैं। पर उहदे विच ये है कि अपने आप को खुद ही सैल्फ डिस्ट्रक्टिव मोड च इन्होंने पा लिया। पर मेरा ख्याल ये है भी इन्ना इन्ना माड़ा क्लाइमेक्स यदा होगा ये किसी सलाह देने वाले ने भी नहीं सोचा। हुण इहदे तों बाद दे विच जो मर्जी कही जाण, जो मर्जी टकी जाण, हुण उह भाणा वरत चुके हैं इसके। सो ये डिबेट है जिहड़ी इन्हें इन्हों डिफेंस पर लै आंदा। डॉक्टर साहब जदों विधानसभा अपने कोल है, विधानसभा के मुखी हैं जदों, फिर की यहो जे मंच उसारन का की तुक बनती है? सारी गल्लां विधानसभा दे विच भी हो सकदियां ने, आउण दा रिकॉर्ड हो सकदियां ने, तुसीं मीटिंग भी सद सकदे हो विधानसभा की। जे तुहानूं इस गल का पहला ही पता सी तुहानूं कि उह लोक उत्थे आउणगे नहीं जिन्हां नूं बुलाया जा रहा, उत्थे सिर्फ असीं कल्ले ही होवांगे, कल्ले ही खेडांगे, इह चीज़ तां विधानसभा दे विच भी हो सकदी सी, पर बराबर मंच उसारे जा रहे ने। डॉक्टर साहब देखो पंगू साहब, आपां ना कई वारी जिहड़े बहुत सारे लोग मैं सियाने बंदे नाल गलबात करी, सारिआं दा इह विचार है उह पुराने सिस्टम च सोचदे ने। असीं जिहड़ी पोलीटिकल लीडरशिप नाल डील कर रहे हैं कोई कंसिस्टेंसी नहीं है, इह विमजिकल लोग ने। लल कुठी दा ट्वीट करता कि आ जाओ जी सारे दे सारे चाचे भतीजे जो भी उच लिखिआ माड़ा, कि आ जाओ एक दिन ही नबेड़ लो सारे दे सारे नां लिख के उहनां दे। ये तो बाद दे विच शुरू होया भी जे आ गए तो फिर की करांगे, फिर डिबेट दी तैयारियां शुरू होईं, फिर मीडिया वाले ने सलाह दित्ती भी इहनूं महा डिबेट कह दो, इहनूं लुधियाणा डायलाग कह दो, इहनूं आह कर दिओ, क्योंकि पैसा भी तो हजम करना जिहड़ा इन्ना सिटिया जा रहा है। वह हजम करन दे लई इह इक हाइप बन गई कि जाके आम लोगों नूं पुछिआ भी तुसीं इहदे बारे की सोचदे हो, टिमका की। अच्छा बाकी लोगों ने रौला पाउणा शुरू करता, हरेक ही तैयार हो गया कि मैं भी तैयार हाँ जी, मैं भी बहस करन नूं तैयार हाँ। अच्छा वो एक हाइप बन गई, वो बहुत सारे इशू ढके गए, हड़ां की जी कंपनसेशन से ढकी गई, बलविंदर कौर की सुइसाइड ढकी गई, होर जिन्ने मसले से लॉ एंड ऑर्डर के वह ढके गए। पर यह है कि ये उस तरीके दे नाल ही होया काम कि हुण अज उहदी फूक निकल गई, हुण इहदों वड्डा कोई प्रपंच होर रचा जाऊगा जां रचण की कोशिश की जाऊगी, पर वह जिनी वारी भी वध करनगे उन्ना ही जलूस ज़्यादा निकलूगा। मतलब ये एक नशे वाली गल हुंदी है कि तुसी जदों एक बार एक नशा कर लिया जां एक एंटीबायोटिक जिहड़ा लै लिया, फिर रेजिस्टेंस हो जाती है बॉडी दे विच, वह फिर असर करनो हट जाता है, उहदे तों वड्डी डोज चाहीदी हुंदी है। फिर इदां ही नशा वधदा, एक पैग तों शुरू करदे ने बंदे, मतलब शाम नूं 5 बजे तों बाद एक पैग लिया, 7 बजे तक, फिर वह 10 तक लटक जाती है, फिर हौली हौली वह 24 घंटे वाला काम हो जाता है, फिर हर वक्त ही हो जाता है वह काम, मतलब चढ़नों ही हट जाती है। मतलब फिर होर वे नीट पीनी शुरू कर देंगे ने, तो मान साहब ज़्यादा पता होना अपने नालों पता पीते नहीं, पर यह भी ये नशा कोई भी जो बंदा करता है ये भी नशा है, सत्ता का नशा है, मशहूरी का नशा है। सो ये अपना ये मोदी मीडिया च देखिए, आई टी सैल च देखिए कि जो तुम कंपेनिंग करते हो कोई, वो कंपेनिंग तो बाद जिटी बड़ी करोगे उन्ना बड़ा वैक्यूम आऊगा, उन्होंने फिल करन दे लई फिर बड़ा होर स्टंट चाहिए कोई। एंटरटेनमेंट इंडस्ट्री की यह जुगत है, फिल्मों च देख लो, सर्कस दे विच देख लो कि छोटे छोटे तो हौली हौली बढ़ता जाता क्लाइमैक्स, पर क्लाइमैक्स जीरो हो गया। जी डॉक्टर साहब दो गल्लां बड़ियां अहम ने इत्थे, एक तो केजरीवाल साहब नूं वी ईडी वल्लों सद्या गया, दूजा हालांकि
ਜਿਹੜੀ ਆਮ ਆਦਮੀ ਪਾਰਟੀ ਲੀਡਰਸ਼ਿਪ ਹੈ ਉਹ ਵੀ ਇਹ ਗੱਲ ਕਹਿੰਦੀ ਸੀ, ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਵੀ ਇਹ ਗੱਲ ਕਹਿੰਦੀ ਸੀ ਕਿ ਅਸੀਂ ਅਲਾਇੰਸ ਨਹੀਂ ਕਰਨਾ ਹੈਗਾ। ਵਿੱਚੋਂ ਵਿੱਚੋਂ ਛੋਟੇ ਮੋਟੇ ਜਿਹੜੇ ਲੀਡਰ ਨੇ ਇਹਨਾਂ ਦੇ ਜਾਂ ਵੱਡੇ ਲੀਡਰ ਨੇ ਉਹ ਸਟੇਟਮੈਂਟ ਦੇ ਵੀ ਦਿੰਦੇ ਸੀ ਕਿ ਜੋ ਹਾਈਕਮਾਂਡ ਕਰੂਗੀ ਸਾਨੂੰ ਉਹ ਮਨਜ਼ੂਰ ਹੋਊਗਾ, ਅਸੀਂ ਹਾਈਕਮਾਂਡ ਦੇ ਨਾਲ ਮਿਲ ਕੇ ਚੱਲਾਂਗੇ। ਇੰਨਾ ਕੁਛ ਹੋਣ ਦੇ ਬਾਵਜੂਦ ਅੱਜ ਵਾਲੀ ਡਿਬੇਟ ਦੇ ਵਿੱਚ ਵੀ ਕੀ ਸਪੇਸ ਬਚਦੀ ਹੈ ਕੋਈ, ਇਕੱਠੇ ਹੋ ਸਕਣਗੇ ਇੱਥੇ ਹੁਣ ਇਹ? ਸਭ ਮੁਸ਼ਕਿਲ ਲੱਗਦਾ ਹੈ। ਦੇਖੋ ਜਿਹੜਾ ਇਹ ਡਿਵੈਲਪਮੈਂਟ ਹੈ ਨਾ ਕਿ ਕੇਜਰੀਵਾਲ ਨੂੰ ਈਡੀ ਵੱਲੋਂ ਬੁਲਾਉਣਾ ਤੇ ਉਹ ਇਹਨਾਂ ਦੀ ਪਾਰਟੀ ਵੱਲੋਂ ਹੀ ਕਹਿਣਾ ਕਿ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਉਹ ਗ੍ਰਿਫਤਾਰ ਅਜੇ ਉਹਨੂੰ ਖੈਰ ਨਹੀਂ ਕਰਨਗੇ, ਪਰ ਇਹ ਜਿਹੜਾ ਵਿਕਟਮ ਕਾਰਡ ਹੈ ਕਿ ਸਾਡੇ ਉੱਪਰ ਹਮਲਾ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਜਿਸ ਤਰ੍ਹਾਂ ਈਡੀ ਉੱਥੇ ਕਰ ਰਿਹਾ ਹੈ ਉਸੇ ਤਰ੍ਹਾਂ ਵਿਜੀਲੈਂਸ ਇੱਥੇ ਕਰ ਰਹੀ ਹੈ ਪੰਜਾਬ ਦੇ ਵਿੱਚ। ਸੋ ਇਹ ਬੇਸਿਕਲੀ ਤਾਂ ਜਿਹੜੀ ਲੋਕ ਕਹਿੰਦੇ ਸੀ ਪਿੱਛੇ ਚਰਚਾ ਸੀ ਕਿ ਇਹ ਬੀ ਟੀਮ ਹੈ ਜੀ ਬੀਜੇਪੀ ਦੀ, ਆਰਐਸਐਸ ਦੀ, ਉਹ ਹੁਣ ਜੇ ਤਾਂ ਉਹਨਾਂ ਨੇ ਬੀ ਟੀਮ ਨੂੰ ਮੇਰਾ ਖਿਆਲ ਹੈ ਵੀ ਗਰਾਊਂਡ 'ਚੋਂ ਬਾਹਰ ਕੱਢਣ ਦਾ ਹੀ ਫੈਸਲਾ ਕਰ ਲਿਆ, ਫਿਰ ਤਾਂ ਉਹ ਗ੍ਰਿਫਤਾਰ ਕਰ ਲੈਣਗੇ। ਫਿਰ ਪੰਜਾਬ ਗੌਰਮੈਂਟ ਦੇ ਵੀ ਬੱਦਲ ਗਹਿਰੇ ਹੋ ਰਹੇ ਨੇ, ਸੇਮ ਪੋਲਿਸੀ ਪੰਜਾਬ 'ਚ ਵੀ ਲਾਗੂ ਹੋਈ ਹੈ, ਪਰ ਇੱਥੇ ਵੀ ਕੁਛ ਛਾਪੇ ਛੁਪੇ ਈਡੀ ਨੇ ਇੱਥੇ ਆਉਣਾ ਸ਼ੁਰੂ ਕਰ ਲਿਆ, ਆਪਾਂ ਨੂੰ ਪਤਾ ਹੀ ਹੈ ਇਸ ਗੱਲ ਦਾ। ਸੋ ਉਹ ਫਿਰ ਤਾਂ ਮੇਰਾ ਖਿਆਲ ਇਹ ਹੈ ਵੀ ਫਿਰ ਤਾਂ ਇੰਡੀਆ ਜਾਂ ਅਲਾਇੰਸ ਜਾਂ ਹੋਰ ਤੁਸੀਂ ਉਹਨੂੰ ਛੱਡੋ, ਫਿਰ ਤਾਂ ਕੰਮ ਮੁੱਕਿਆ ਪਿਆ। ਪਰ ਜਿਸ ਤਰ੍ਹਾਂ ਦੀ ਨਫ਼ਰਤ ਨੈਗੇਟਿਵਿਟੀ ਪੰਜਾਬ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਰ ਰਹੀ ਹੈ, ਇਹ ਮੇਰਾ ਖਿਆਲ ਇਹ ਹੈ ਕਿ ਇਹ ਸ਼ਾਇਦ ਇਹਨਾਂ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਦੇ ਫਰੇਮਵਰਕ 'ਚ ਫਿੱਟ ਨਹੀਂ ਆਉਂਦੀ। ਇਹ ਸ਼ਾਇਦ, ਮਤਲਬ ਜੇ ਬਹੁਤ ਵਾਈਲਡ ਗੈਸ ਹੈ ਇਹ, ਸ਼ਾਇਦ ਕੋਈ ਕੇਂਦਰ ਤੋਂ ਹੋਰ ਵੀ ਮੇਰਾ ਖਿਆਲ ਸ਼ਕਤੀਆਂ ਨੇ ਜਿਹੜੀਆਂ ਇਹਦੇ 'ਚ ਓਪਰੇਟ ਕਰ ਰਹੀਆਂ ਨੇ, ਕਿਉਂਕਿ ਆਪਾਂ ਇਹ ਦੇਖ ਰਹੇ ਹਾਂ ਕਿ ਜਿਸ ਦਿਨ ਤੋਂ ਇੰਡੀਆ ਫਰੰਟ ਬਣਿਆ, ਪਹਿਲਾਂ ਇਹ ਝਿਜਕਦੇ ਗਏ ਸੀ, ਪਹਿਲਾਂ ਇਕੱਠੇ ਹੋ ਕੇ ਵੀ ਗਏ, ਫਿਰ ਇਹ ਆ ਵੀ ਉੱਥੇ ਤਿਲਕ ਨਹੀਂ ਲੱਗਿਆ ਮਾਨ ਸਾਹਿਬ ਦੇ, ਪਰ ਜਿਹੜੇ ਜਿਹੜੀ ਗਰਮਾ ਗਰਮੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਾਂਗਰਸੀਆਂ ਵੱਲੋਂ ਵੀ ਇਹਨਾਂ ਵੱਲੋਂ ਵੀ, ਪਰ ਉਹਦੇ 'ਚ ਮੇਰਾ ਖਿਆਲ ਹੈ ਮੇਨ ਰੋਲ ਇਹਨਾਂ ਦਾ, ਆਮ ਆਦਮੀ ਪਾਰਟੀ ਦਾ, ਚਾਹੇ ਉਹ ਮਾਨ ਸਾਹਿਬ ਕਹਿਣ ਚਾਹੇ ਇਹਨਾਂ ਦੇ ਹੋਰ ਬੁਲਾਰੇ ਕਹਿਣ, ਉਹ ਕੋਈ ਹਮਲਾ ਕਰਨ ਤੋਂ ਮੌਕਾ ਨਹੀਂ ਛੱਡ ਰਹੇ ਕਾਂਗਰਸ ਦੇ ਉੱਪਰ। ਸੋ ਉਹਦੇ ਵਿੱਚੋਂ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਉਹ ਇੰਡੀਆ ਵਾਲੇ ਪਾਸੇ ਜਾਣਗੇ ਨਹੀਂ, ਜਾਂ ਜਾ ਨਹੀਂ ਸਕਣਗੇ, ਜਾਣਗੇ ਵੀ ਤਾਂ ਬਹੁਤ ਖਲਾਰਾ ਹੋਊਗਾ। ਪਰ ਇਹ ਤੋਂ ਪਹਿਲਾਂ ਮੇਰਾ ਖਿਆਲ ਹੈ ਈਡੀ ਦਾ ਜਿਹੜੇ ਪੱਤੇ ਖੁੱਲਣਗੇ ਤਾਂ ਉਹਦੇ ਤੋਂ ਬਹੁਤ ਜ਼ਿਆਦਾ ਸਮਝ ਆਊਗੀ ਇਹ ਗੱਲ, ਪਰ ਮੇਰਾ ਪਹਿਲੇ ਦਿਨ ਤੋਂ ਇਹ ਵਿਚਾਰ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਮੇਰਾ ਇਹ ਕਿ ਇਹਨਾਂ ਦਾ ਡਾਇਲੋਜੀਕਲੀ, ਇਹਨਾਂ ਦਾ ਫੰਕਸ਼ਨਿੰਗ ਸਾਰਾ ਕੁਛ ਅਸਲ ਦੇ ਵਿੱਚ ਇੰਡੀਆ ਵਾਲੇ ਫਰੰਟ ਨਾਲ ਨਹੀਂ ਮਿਲਦਾ, ਉਹ ਕਮਿਊਨਲ ਪੋਲੀਟਿਕਸ ਦੇ ਖਿਲਾਫ ਖੜੇ ਹੋ ਰਹੇ ਨੇ, ਇਹ ਕਮਿਊਨਲ ਪੋਲੀਟਿਕਸ ਦੇ ਵਿੱਚੋਂ ਹੀ ਨਿਕਲੇ। ਸੋ ਇਹਨਾਂ ਦਾ ਮੇਰਾ ਖਿਆਲ ਨਹੀਂ ਕਿ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਚੱਲ ਸਕਣਗੇ, ਉਹ ਜਦੋਂ ਸੀਟ ਸ਼ੇਅਰਿੰਗ ਦਾ ਮਸਲਾ ਆਉਣਾ ਉਦੋਂ ਹੋ ਜਾਊਗਾ ਜਾਂ ਉਹ ਤੋਂ ਸ਼ਾਇਦ ਪਹਿਲਾਂ ਹੀ ਹੋ ਜਾਵੇ, ਕਿਉਂਕਿ ਉਹ ਜਿਹੜੀ ਰਾਹੁਲ ਵਰਸਸ ਮਤਲਬ ਮੋਦੀ ਬਣਨ ਦਾ ਜਿਹੜਾ ਹੈਗਾ ਹੈ ਉਹਦੇ ਵਿੱਚ ਇਹ ਉਹਨੂੰ ਡਿਲਿਊਟ ਕਰਨ ਦੇ ਲਈ ਗਏ ਸੀ, ਉਹ ਨਹੀਂ ਹੋ ਸਕੀ। ਫਿਰ ਇਹ ਵਿੱਚ ਦੀ ਥੋੜੇ ਪਿੱਛੇ ਵੀ ਹਟ ਗਏ ਸੀ, ਪ੍ਰੈਸ ਕਾਨਫਰੰਸ 'ਚੋਂ ਉੱਠ ਕੇ ਵੀ ਆ ਗਏ ਸੀ ਇੱਕ ਵਾਰੀ। ਸੋ ਇਹਨਾਂ ਦਾ ਉਹਨਾਂ ਦੇ ਨਾਲ ਜਿਹੜਾ ਰਿਸ਼ਤਾ ਰੁੱਸੇ ਹੋਏ ਸ਼ਰੀਕ ਵਾਲਾ ਹੀ ਰਹਿਣਾ ਹੈ ਅਜੇ, ਪਰ ਉਹ ਤੈਅ ਉਦੋਂ ਹੋਣਾ ਹੈ ਕਿ ਈਡੀ ਕੀ ਕਰਦਾ ਪਲੱਸ ਸੀਟ ਸ਼ੇਅਰਿੰਗ ਦਾ ਫਾਰਮੂਲਾ ਕੀ ਬਣਦਾ। ਸੋ ਉਹ ਮੇਰਾ ਖਿਆਲ ਬੜਾ ਸਟੇਬਲ ਨਹੀਂ ਹੈ ਉਹ ਚੀਜ਼, ਅਤੇ ਇਸੇ ਕਰਕੇ ਪੰਜਾਬ ਵਾਲੇ ਕਿਉਂਕਿ ਆਪਣੀ ਮੈਜੋਰਟੀ 'ਚ ਇਹ ਬੈਠੇ ਨੇ, ਇਹਨਾਂ ਨੇ ਆਪਣੀ ਕੰਸਟੀਚੁਐਂਸੀ ਨੂੰ ਵੀ ਐਡਰੈਸ ਕਰਨਾ ਹੈ ਕਾਂਗਰਸ ਦੇ ਖਿਲਾਫ, ਮਤਲਬ ਐਂਟੀ ਇਨਕੰਬੈਂਸੀ ਤਾਂ ਕਾਂਗਰਸ ਦੇ ਖਿਲਾਫ ਸੀਗੀ, ਉਹਦੇ 'ਚੋਂ ਆਏ ਹੋਏ ਨੇ, ਇਹ ਬਹੁਤ ਜ਼ਿਆਦਾ ਜਸਟੀਫਾਈ ਵੀ ਨਹੀਂ ਕਰ ਸਕਦੇ ਇਸ ਚੀਜ਼ ਨੂੰ। ਸੋ ਇਹ ਮੈਨੂੰ ਲੱਗ ਰਿਹਾ ਹੈ ਕਿ ਇਹ ਸਾਰੀਆਂ ਮਤਲਬ ਜਿਹੜੀਆਂ ਗਰਾਊਂਡ ਫੋਰਸਿਸ ਨੇ ਉਹ ਓਪਰੇਟ ਕਰ ਰਹੀਆਂ ਨੇ। ਜੀ ਮਲਕ ਸਾਹਿਬ, ਜੇਕਰ ਮੈਂ ਮੁੜ ਆਖਰੀ ਸਵਾਲ ਲੈ ਕੇ ਪੰਜਾਬ 'ਤੇ ਆਵਾਂ, ਡਿਬੇਟ ਹੋਈ, ਮਾਨ ਸਾਹਿਬ ਨੇ ਇਲਜ਼ਾਮਬਾਜ਼ੀ ਕੀਤੀ ਉੱਥੇ, ਜਾਂ ਕਹਿ ਲਓ ਕਿ ਫੈਕਟ ਦੇ ਅਨੁਸਾਰ ਗੱਲ ਕੀਤੀ, ਮਾਨ ਸਾਹਿਬ ਅਨੁਸਾਰ ਫੈਕਟ ਅਨੁਸਾਰ ਗੱਲ ਸੀ, ਵਿਰੋਧੀ ਧਿਰਾਂ ਕਹਿਣਗੇ ਇਹਨੂੰ ਕਿ ਇਲਜ਼ਾਮਬਾਜ਼ੀ ਸੀ ਸਿਆਸੀ ਸਾਡੇ, ਵਿਰੋਧੀ ਧਿਰਾਂ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਨੂੰ ਕੰਡੈਮ ਵੀ ਨਹੀਂ ਕਰ ਸਕਦੀਆਂ, ਜੇਕਰ ਕੰਡੈਮ ਕਰਨਗੀਆਂ ਉਹ ਧਿਰਾਂ ਤਾਂ ਆਮ ਆਦਮੀ ਪਾਰਟੀ ਇੱਕ ਹੋਰ ਪ੍ਰੈਸ ਕਾਨਫਰੰਸ ਕਰ ਦੂਗੀ ਕਿ ਜਦੋਂ ਤੁਹਾਨੂੰ ਉੱਥੇ ਸੱਦਿਆ ਸੀ ਜੇਕਰ ਅਸੀਂ ਗਲਤ ਸੀ ਤਾਂ ਨਾਲ ਆ ਕੇ ਤੁਸੀਂ ਸਾਡੇ ਨਾਲ ਦੀ ਚੇਅਰ 'ਤੇ ਬੈਠਦੇ, ਉੱਥੇ ਕਹਿ ਦਿੰਦੇ ਕਿ ਸਾਰਾ ਕੁਛ ਗਲਤ ਸੀ, ਉੱਥੇ ਤੁਸੀਂ ਆਏ ਨਹੀਂ। ਸੋ ਵਿਰੋਧੀ ਧਿਰਾਂ ਵੀ ਇਹਦੇ 'ਚ ਕਿਤੇ ਨਾ ਕਿਤੇ ਫਸਦੀਆਂ ਹੋਈਆਂ ਡਾਕਟਰ ਸਾਹਿਬ ਦਿਖ ਰਹੀਆਂ ਨੇ ਆਪਾਂ ਨੂੰ। ਮੇਰੇ ਖਿਆਲ 'ਚ ਭੰਗੂ ਸਾਹਿਬ ਇਹ ਹੁਣ ਇਕੁਅਲ ਨਹੀਂ ਰਹੀ ਗੱਲ, ਪਹਿਲਾਂ ਇਹ ਸੀਗਾ ਬਰਾਬਰ, ਕਿ ਬਰਾਬਰ ਨਹੀਂ ਰਾਦਰ ਇਹਨਾਂ ਦਾ ਹੱਥ ਉੱਪਰ ਸੀਗਾ ਕਿ ਤੁਸੀਂ ਜਵਾਬ ਦੇ ਹੋ, ਉਹ ਹੁਣ ਅਪੋਜੀਸ਼ਨ ਦੇ ਤੌਰ 'ਤੇ ਜਵਾਬ ਦੇ ਨਹੀਂ ਹਨ। ਉਹਨਾਂ ਨੇ ਦੱਸਤਾ ਹੈ ਕਿ ਜਿਹੜੀ ਇਹ ਡਿਬੇਟ ਸੀ ਇਹ ਡਿਬੇਟ ਦਾ ਕੋਈ ਜਗ੍ਹਾ ਨਹੀਂ ਸੀ ਉੱਥੇ, ਇਹ ਤਾਂ ਅਸਲ ਦੇ ਵਿੱਚ ਸਟੈਂਸਲਾਈਜ਼ਡ ਬਕਾਇਦਾ ਪ੍ਰੀ ਪਲੈਨਡ ਇੱਕ ਕਿਸਮ ਦੀ ਸਾਡੀ ਬੇਇੱਜ਼ਤੀ ਕਰਨ ਦਾ ਸੈਸ਼ਨ ਸੀਗਾ।
ਜਿਹੜਾ ਕਿ ਵਿਧਾਨ ਸਭਾ 'ਚ ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਉਨੀ ਨਹੀਂ ਕਰ ਪਾਉਂਦੇ, ਖੁੱਲ੍ਹੇ ਉੱਥੇ ਅਸੀਂ ਜ਼ਿਆਦਾ ਜਲੂਸ ਕੱਢ ਸਕਾਂਗੇ ਇਹਨਾਂ ਦਾ, ਪਰ ਮੇਰਾ ਖਿਆਲ ਉਹ ਟਾਈਮ ਲੰਘ ਗਿਆ, ਹੁਣ ਇਹ ਓਪੋਜੀਸ਼ਨ ਨੂੰ ਡਿਫੈਂਸ 'ਤੇ ਨਹੀਂ ਲਿਜਾ ਸਕਣਗੇ। ਹੁਣ ਇਹਦਾ ਰਿਜ਼ਲਟ ਇਹ ਹੋਊਗਾ, ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਜਿਹੜੇ ਬੰਦੇ ਕਮਜ਼ੋਰ ਨੇ ਓਪੋਜੀਸ਼ਨ ਦੇ ਵਿੱਚ, ਜਿਹੜੇ ਜਿਹੜੇ ਲੀਡਰ ਨੇ ਜਿਹਦੇ ਬਿਜ਼ਨਸ ਨੇ, ਹੁਣ ਵਿਜੀਲੈਂਸ ਉਹਨਾਂ ਨਾਲ ਡੀਲ ਕਰੂਗੀ, ਇਸ ਉਹਦੇ ਵਿੱਚ ਉਧਰਲੇ ਪਾਸੇ ਨੂੰ ਇਹ ਕੰਮ ਕਰੂਗਾ। ਮਤਲਬ ਇਹ ਇਹ ਜਿਹੜਾ ਕੰਸੈਂਸਸ ਸੀ ਡਾਇਲਾਗ ਦਾ, ਇੱਕ ਬ੍ਰੇਕ ਹੋ ਗਿਆ, ਹੁਣ ਡਾਇਲਾਗ ਨਹੀਂ ਹੈ। ਜਦੋਂ ਤੋਂ ਧਿਰਾਂ ਇੱਕ ਦੂਜੇ ਨੂੰ ਗਾਲਾਂ ਗਾਲੀ ਵੀ ਹੋ ਰਹੀਆਂ ਹੁੰਦੀਆਂ ਨੇ ਨਾ, ਤਾਂ ਉਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਗਾਲਾਂ ਮੁੱਕ ਜਾਂਦੀਆਂ ਨੇ, ਫਿਰ ਹੋਰ ਕੰਮ ਸ਼ੁਰੂ ਹੁੰਦਾ ਹੁੰਦਾ। ਜਿਵੇਂ ਤੁਸੀਂ ਸੁਣਿਆ ਹੋਣਾ ਨਾ, ਉਹ ਕੋਈ ਬੰਦਾ ਇਹਨਾਂ ਵਰਗਾ ਹੀ ਬੜਾ ਸਿਆਣਾ, ਕੇਜਰੀਵਾਲ ਸਾਹਿਬ ਵਰਗਾ, ਉਹ ਕਹਿ ਰਿਹਾ ਸੀ, ਕਹਿੰਦਾ ਵੀ 2 ਘੰਟਿਆਂ ਤੋਂ ਨਾ ਕੁਛ ਲੋਕ ਆਪਸ ਦੇ ਵਿੱਚ ਬਹਿਸ ਕਰਨ ਲੱਗੇ ਹੋਏ ਸੀ, ਅਤੇ ਗਰਮਾ ਗਰਮ ਬਹਿਸ ਹੋ ਰਹੀ ਸੀ। ਤਾਂ ਕਹਿੰਦਾ ਮੈਂ ਜਾ ਕੇ ਸਮਝਾਇਆ, ਫਿਰ ਤਾਂ ਕਿਤੇ ਕੁ ਸੁਣ ਮੁੱਕੀ ਸ਼ੁਰੂ ਹੋਈ। ਸੋ ਇਹ ਉਹ ਦੌਰ ਲੰਘ ਗਿਆ ਜਿਹੜਾ ਡਾਇਲਾਗ ਦਾ ਦੌਰ ਸੀ। ਦੇਖੋ ਸਰਕਾਰੀ ਹਮਲੇ ਤਾਂ ਪਹਿਲਾਂ ਵੀ ਕਰ ਰਹੇ ਸੀ ਅਪੋਜੀਸ਼ਨ 'ਤੇ। ਹੁਣ ਦੇਖੋ ਇਹ ਹੈ ਕਿ ਨਵਜੋਤ ਸਿੱਧੂ ਨੂੰ ਨਹੀਂ ਬੁਲਾਇਆ, ਉਹਨੇ ਹਮਲੇ ਕੀਤੇ, ਇਕੱਲੇ ਹੀ ਕਰੇ ਉਹਨੇ ਬਹੁਤ ਸਾਰੇ, ਔਰ ਹੋਰ 2-4 ਦਿਨ ਨੂੰ ਮੇਰੇ ਖਿਆਲ ਸੁਖਪਾਲ ਖਹਿਰਾ ਨੇ ਵੀ ਬਾਹਰ ਆ ਜਾਣਾ। ਮਤਲਬ ਸਰਕਾਰ ਇਹ ਤੋਂ ਬਾਅਦ, ਇਸ ਜਿਹੜੀ ਐਪੀਸੋਡ ਹੋਈ ਹੈ, ਇਹ ਤੋਂ ਬਾਅਦ ਘਿਰੂਗੀ। ਸਰਕਾਰ ਦੀ ਆਈਸੋਲੇਸ਼ਨ ਸਭ ਦੇ ਸਾਹਮਣੇ ਨੰਗੀ ਹੋ ਗਈ ਕਿ ਅੱਜ ਦੀ ਡੇਟ ਦੇ ਵਿੱਚ ਈਵਨ ਉੱਥੇ ਤਾਂ ਕਹਿੰਦੇ ਮੰਤਰੀਆਂ ਨੂੰ ਵੀ ਰੋਕਿਆ ਗਿਆ ਜਾਣ ਤੋਂ। ਮਤਲਬ ਅੱਜ ਦੀ ਡੇਟ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਹੋਰ ਨਹੀਂ ਹੈ ਵਿਜੀਲੈਂਸ ਤੋਂ ਇਲਾਵਾ, ਜਿਹੜੇ ਦਵਾਏ ਦਬੋਏ ਹੋਏ ਨੇ ਜਾਂ ਹੋਰ ਜਿਹੜੀ ਉਹ ਉਨੀ, ਤੁਸੀਂ ਆਪਣੀ ਬਿਊਰੋਕਰੇਸੀ ਨੂੰ ਚੱਕ ਕੇ ਭਾਰ ਨੂੰ ਕਿੰਨਾ ਕੁ ਤੁਰ ਪਾਓਗੇ ਤੁਸੀਂ। ਮਤਲਬ ਗਰਾਊਂਡ ਲੈਵਲ ਦੇ ਉੱਪਰ ਜਿਹੜੀ ਪਾਪੂਲੈਰਿਟੀ ਨਾਲ ਇੰਨੀ ਨਾਲ ਆਏ ਸੀ, ਉਹ ਜ਼ੀਰੋ ਕਰ ਲਈ ਖੁਦ ਹੀ ਇਹਨਾਂ ਨੇ। ਚਾਹੀਦਾ ਇਹ ਸੀ ਕੁਛ ਪਾਰਟੀਆਂ ਆ ਜਾਂਦੀਆਂ, ਨਹੀਂ ਆਈਆਂ ਸੀ ਤਾਂ ਪੋਸਟਪੋਨ ਕਰ ਦਿੰਦੇ। ਮਤਲਬ ਸਿਆਸੀ ਤੌਰ 'ਤੇ ਬਹੁਤ ਵੱਡੀ ਮੂਰਖਤਾ ਇਹਨਾਂ ਨੇ ਕਰੀ ਹੈ, ਉਹਨੂੰ ਜਿੰਨਾ ਮਰਜ਼ੀ ਟੱਕੇ ਜਾਣ, ਮੀਡੀਆ 'ਚ ਰੌਲਾ ਪਾ ਕੇ ਜੋ ਮਰਜ਼ੀ, ਰੌਲੇ ਨਾਲ ਨਹੀਂ ਗੱਲ ਬਣਨੀ। ਇਟਸ ਕਲੀਅਰ ਕਿ ਬਾਕੀ ਸਾਰੇ ਚੰਗੇ ਮਾੜੇ ਉਹ ਇਹਨਾਂ ਦੇ ਨਾਲ ਨਹੀਂ ਹਨ, ਇਹਦੇ ਉਲਟ ਨੇ, ਇਹ ਇਕੱਲੇ ਨੇ, ਇਹ ਗੱਲ ਕਲੀਅਰ ਹੋ ਗਈ ਹੈ। ਜੀ ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ, ਗੱਲਬਾਤ ਸਮਝਾਉਣ ਦੇ ਲਈ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸ਼ੁਕਰੀਆ ਪੰਗੂ ਸਾਹਿਬ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਜੀ ਦੋਸਤੋ, ਮਾਨ ਸਾਹਿਬ ਦੀ ਡਿਬੇਟ ਅਤੇ ਜਿਹੜਾ ਇੰਡੀਆ ਨਾਮ ਦਾ ਗਰੁੱਪ ਹੈ ਉਹ, ਅਤੇ ਨਾਲੋਂ ਨਾਲ ਕੇਜਰੀਵਾਲ ਸਾਹਿਬ ਈਡੀ ਵੱਲੋਂ ਸੱਦੇ ਗਏ ਨੇ, ਉਹਦੇ 'ਤੇ ਡਾਕਟਰ ਸਾਹਿਬ ਤੋਂ ਆਪਾਂ ਨੇ ਸਾਰੀ ਗੱਲਬਾਤ ਸਮਝੀ। ਡਾਕਟਰ ਸਾਹਿਬ ਨੇ ਬਹੁਤ ਖੂਬ ਅੱਗੇ ਦੀ ਗੱਲ ਦੱਸੀ ਆ ਕਿ ਇੱਕ ਤਾਂ ਹੁੰਦਾ ਕਿ ਜੋ ਕੁਛ ਵਾਪਰ ਰਿਹਾ ਕਰੰਟ ਉਹ ਕੀ ਵਾਪਰਿਆ, ਉਹਦਾ ਇੰਪੈਕਟ ਕੀ ਪਊਗਾ, ਸਿਆਸੀ ਵੀ ਜਾਂ ਸਮਾਜਿਕ ਵੀ, ਉਹਦੇ 'ਤੇ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ। ਧੰਨਵਾਦ।